ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਿਟੀ ਮਲੋਟ ਦੀ ਮਹਿਲਾ SHO ਕਰਮਜੀਤ ਕੌਰ ਨੇ ਆਪਣੇ ਪੱਧਰ ਤੇ ਇੱਕ ਗੁਪਤ ਆਪਰੇਸ਼ਨ ਕਰਦਿਆਂ ਚਿੱਟੇ ਦੀ ਆਦੀ ਔਰਤ ਦੀ ਸਹਾਇਤਾ ਲੈ ਕੇ ਖੁਦ ਚਿੱਟਾ ਖਰੀਦਣ ਵਾਸਤੇ ਚਿੱਟਾ ਵੇਚ ਰਹੀਆਂ ਔਰਤਾਂ ਦੇ ਟਿਕਾਣਿਆਂ ਤੇ ਪਹੁੰਚ ਕਰਕੇ ਪਹਿਲਾਂ ਆਪ ਚਿੱਟਾ ਖਰੀਦਿਆ ਅਤੇ ਔਰਤਾਂ ਦੇ ਤਸਕਰ ਤਕਜ਼ੀਦ ਹੁੰਦਿਆਂ ਹੀ ਸਾਰ ਹੀ ਉਕਤ ਤਸਕਰ ਔਰਤਾਂ ਨੂੰ SHO ਨੇ ਆਪਣੇ ਹਿਰਾਸਤ ਦੇ ਵਿੱਚ ਲੈ ਲਿਆ। ਇਸ ਵੱਡੀ ਕਾਰਵਾਈ ਕਰਨ ਤੋਂ ਬਾਅਦ ਮਹਿਲਾ SHO ਕਰਮਜੀਤ ਕੌਰ ਨੇ ਦੱਸਿਆ ਕਿ ਨਸ਼ੇ ਦੀ ਚਪੇਟ ਦੇ ਵਿੱਚ ਹੁਣ ਨੌਜਵਾਨ ਲੜਕੀਆਂ ਅਤੇ ਬੱਚੇ ਵੀ ਆ ਚੁੱਕੇ ਨੇ। ਇਹਨਾਂ ਨੂੰ ਬਚਾਉਣ ਵਾਸਤੇ ਸਮਾਜ ਨੂੰ ਪੁਲਿਸ ਦਾ ਸਾਥ ਦੇ ਕੇ ਤਸਕਰੀ ਕਰਨ ਵਾਲੇ ਲੋਕਾਂ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ। ਚਲੇਰੀ ਪੁਲਿਸ ਅਫਸਰ ਦੀ ਰੇਡ ਜਿੱਥੇ ਕਿ ਸਾਦੇ ਕੱਪੜਿਆਂ ਤੇ ਬਾਈਕ ਤੇ ਸਵਾਰ ਹੋ ਕੇ ਰੇਡ ਕੀਤੀ ਗਈ। ਨਸ਼ਾ ਤਸਕਰ ਮਹਿਲਾ ਨੂੰ ਦਬੋਚਿਆ ਗਿਆ, ਸੋ ਭੇਸ ਬਦਲ ਕੇ ਤਸਕਰ ਔਰਤ ਨੂੰ ਕਾਬੂ ਕੀਤਾ ਗਿਆ। ਤਸਕਰੀ ਕਰਨ ਵਾਲੇ ਲੋਕਾਂ ਦਾ ਕਰਨਾ ਚਾਹੀਦਾ ਬਾਈਕਾਟ। ਸਾਡੇ ਹੋਟਸਪੋਟ ਏਰੀਆ ਜੋ ਸੀਗੇ ਸ਼ਹਿਰ ਦੇ ਵਿੱਚ, ਉਹਨਾਂ ਕਈ ਥਾਵਾਂ ਦੇ ਉੱਤੇ ਰੇਡ ਕੀਤੀ ਹੈ, ਜਿਵੇਂ ਮੇਨ ਇੱਥੇ ਛੱਜ ਘੜਿਆਂ ਦਾ ਮਹੱਲਾ ਵੱਜਦਾ, ਲਾਈਨੋ ਪਾਰ ਬੁਰਜਾਂ ਦਾ ਫਾਟਕ ਜਿਹੜਾ ਹੈ। ਇੱਥੇ ਲੇਡੀਜ਼ ਜਿਹੜਾ ਜ਼ਿਆਦਾ ਕੰਮ ਕਰਦੀ, ਜਿੰਨੀ ਕੁ ਸਾਡੇ ਕੋਲ ਸ਼ਿਕਾਇਤ ਸੀਗੀ ਕਿ ਕਿਉਂਕਿ ਲੇਡੀਜ਼ ਨੂੰ ਚੈੱਕ ਕਰਨਾ ਔਖਾ ਹੈ, ਔਰ ਜਿਹੜਾ ਲੇਡੀਜ਼ ਹੈ ਇਹਨਾਂ 'ਤੇ ਸ਼ੱਕ ਨਹੀਂ ਕੀਤਾ ਜਾਂਦਾ, ਫਿਰ ਇਹ ਅੱਗੋਂ ਬੱਚਿਆਂ ਨੂੰ ਵੀ ਕਈ ਵਾਰ ਯੂਜ਼ ਕਰ ਲੈਂਦੇ ਨੇ ਸਪਲਾਈ ਦੇਣ ਵਾਸਤੇ। ਇਹਨਾਂ ਦੀ ਗਲੀ ਦੇ ਵਿੱਚ ਸਵੇਰੇ ਸਰਚ ਵੀ ਕੀਤੀ, ਜਿੰਨੇ ਸ਼ੱਕੀ ਘਰ ਸੀ ਉਹ ਵੀ ਸਰਚ ਕੀਤੀ, ਔਰ ਇਹ ਇੱਥੋਂ ਤੱਕ ਕੰਮ ਵੱਧ ਗਿਆ ਵੀ ਹੋਏ ਜਿਹੜੇ ਲੇਡੀਜ਼, ਇਹਨਾਂ 'ਤੇ ਕੋਈ ਸ਼ੱਕ ਨਹੀਂ ਕਰਦਾ, ਇਹ ਸ਼ਰੇਆਮ ਹੀ ਗਲੀਆਂ 'ਚ ਬੈਠ ਕੇ ਕਈ ਵਾਰੀ ਵੇਚ ਦਿੰਦੇ ਨੇ। ਸਟੈਪ ਇਹ ਸੀਗਾ, ਸਾਨੂੰ ਕਿਸੇ ਮੁਖਬਰ ਦੀ ਮੁਖਬਰੀ 'ਤੇ ਸੀਗੀ, ਸਾਨੂੰ ਪਤਾ ਤਾਂ ਹੈ ਸੀ ਵੀ ਇੱਥੇ ਇਹ ਕਰਦੇ ਹੈਗੇ ਆ, ਪਰੰਤੂ ਜਦੋਂ ਇਹ ਪੁਲਿਸ ਵਰਦੀ 'ਚ ਆਈ ਹੈ ਨਾ, ਇਹ ਦੂਰੋਂ ਦੇਖ ਲੈਂਦੇ ਨੇ ਔਰ ਇਹ ਆਪਣਾ ਸਭ ਕੁਛ ਖਤਮ, ਕੁਛ ਵੀ ਨਹੀਂ ਮਿਲਦਾ। ਅੱਜ ਮੈਂ ਸਿਵਲ ਕੱਪੜਿਆਂ 'ਚ ਆਏ ਔਰ ਆ ਕੇ ਇਹਨਾਂ ਨੂੰ ਪੈਸੇ ਦਿੱਤੇ ਅਤੇ ਪਰਚੇਜ਼ ਕਰ ਲਿਆ। ਇਹਨਾਂ ਨੇ ਮਤਲਬ ਸ਼ੱਕ ਵੀ ਨਹੀਂ ਜ਼ਾਹਰ ਕੀਤਾ ਕਿਉਂਕਿ ਮੇਰੀ ਪੋਸਟਿੰਗ ਹੁਣੇ ਹੁਣੇ ਹੋਈ ਹੈ, ਇਹਨਾਂ ਨੇ ਮੈਨੂੰ ਦੇਖਿਆ ਹੀ ਨਹੀਂ ਸੀ। ਇਹਨਾਂ ਨੂੰ ਸੇਲ ਕਰਾ ਲਿਆ, ਜਿਹੜੇ ਹੱਥ ਵਿੱਚ ਲਿਫਾਫੇ ਸੀਗਾ ਉਹਦੇ ਵਿੱਚੋਂ ਉਹਨੇ ਦੋ ਬਾਊਚ ਕੱਢ ਕੇ ਦੇ ਤੇ, ਬਾਕੀ ਜਿਹੜਾ ਉਹਨਾਂ ਕੋਲ ਸੀ। ਚਲੋ ਲੇਡੀਜ਼ ਦੋ ਸੀਗੀਆਂ ਮੌਕੇ 'ਤੇ, ਮੈਂ ਜਦੋਂ ਇੱਕ ਨੂੰ ਕੈਚ ਕਰਿਆ ਤਾਂ ਦੂਸਰੀ ਜਿਹੜੀ ਸੀਗੀ ਉਹ ਭੱਜ ਨਿਕਲੀ, ਉਹ ਬਚਨ 'ਚ ਕਾਮਯਾਬ ਹੋ ਗਈ। ਜਿਹੜੀ ਲੇਡੀ ਕਾਬੂ ਹੋਈ, ਇਹਦੇ 'ਤੇ ਵੀ ਪਹਿਲਾਂ ਦੋ ਪਰਚੇ ਐਂਡੀ ਦੇ ਹੈਗੇ, ਔਰ ਇਹਦੀ ਫੈਮਿਲੀ ਮੈਂਬਰਸ ਹੋਰ ਵੀ ਜਿਹੜੇ ਹੈਗੇ ਨੇ ਐਂਡੀ ਵਿੱਚ ਅੰਦਰ ਹੈਗੇ, ਕਿਉਂਕਿ ਇਹ ਨੋਨ ਤੋਂ ਬਿਨਾਂ ਦਿੰਦੇ ਨੇ, ਇਹਨਾਂ ਦੇ ਜਿਹੜੇ ਪੱਕੇ ਗਾਹਕ ਨੇ ਨਾ ਉਹਨਾਂ ਨੂੰ ਇਹ ਦਿੰਦੇ ਆ, ਪਰ ਵੇਚਦੇ ਬੜੀ ਨਿਡਰਤਾ ਨਾਲ, ਪਰਵਾਹ ਹੀ ਨਹੀਂ ਕਰਦੇ ਬਿਲਕੁਲ। ਲੋਕਾਂ ਨੂੰ ਅਪੀਲ ਇਹ ਕਰਦੇ ਵੀ ਇਹੋ ਜਿਹੇ ਲੋਕਾਂ ਤੋਂ ਆਪਣੇ ਬੱਚੇ ਬਚਾ ਕੇ ਰੱਖੋ ਔਰ ਸਾਡਾ ਸਹਿਯੋਗ ਦਿਓ, ਕਿਉਂਕਿ ਹੁਣ ਇਹ ਗਲੀ ਦੇ ਵਿੱਚ ਥੋੜ੍ਹੇ ਘਰ ਹੈਗੇ ਨੇ ਜਿਨ੍ਹਾਂ ਦੀ ਕੰਪਲੇਂਟ ਆ, ਬਾਕੀ ਜਿਹੜੇ ਘਰ ਠੀਕ ਨੇ ਉਹ ਗਾਏ ਵਗਾਏ ਦੱਸਦੇ ਵੀ ਰਹਿੰਦੇ ਨੇ, ਪਰ ਉਹਨਾਂ ਨੂੰ ਕਿਹਾ ਵੀ ਕਿ ਸ਼ਰੇਆਮ ਤੁਸੀਂ ਇੱਕ ਵਾਰੀ, ਜਿਹੜਾ ਬੰਦਾ ਸਮਾਜ ਦੇ ਦੁਸ਼ਮਣ ਹੁੰਦੇ ਨੇ ਜਿਹੜੇ ਨਸ਼ੇ ਵੇਚਣ ਵਾਲੇ ਲੋਕ ਆ, ਇਹ ਸਭ ਤੋਂ ਵੱਡੇ ਦੁਸ਼ਮਣ ਨੇ ਸਮਾਜ ਦੇ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਦੇਖੀ ਆਪਾਂ ਇੱਕ ਇੱਕ ਦੋ ਦੋ ਬੱਚੇ ਨੇ ਲੋਕਾਂ ਦੇ ਜਿਹੜੇ ਇਹਨਾਂ ਨੇ ਖਤਮ ਕਰਤੇ ਆ, ਔਰ ਇੱਥੋਂ ਤੱਕ ਕਿ ਹੁਣ ਕੁੜੀਆਂ ਵੀ ਇਸ ਗ੍ਰਿਫਤ 'ਚ ਆ ਗਈਆਂ। ਮੇਰੇ ਕੋਲ ਇੱਕ ਦਿਨ ਇੱਕ ਮਦਰ ਆਈ ਸੀ, ਦੱਸਦੀ ਸੀ ਕਿ ਮੇਰੀ ਇੱਕ ਸਿੰਗਲ ਹੀ ਬੇਟੀ ਹੈਗੀ ਆ, ਉਹ ਅਡਿਕਟਡ ਹੋ ਗਈ ਆ ਔਰ ਮੇਰੇ ਘਰ ਹੀ ਬੈਠੀ ਆ ਅਤੇ ਬਿਲਕੁਲ ਸਾਰਾ ਖਤਮ ਹੋ ਗਿਆ। ਜੇ ਆਪਾਂ ਕਹੀਏ ਪਹਿਲਾਂ ਲੜਕੇ ਸੀ ਅਤੇ ਹੁਣ ਲੜਕੀਆਂ ਵੀ ਇਹਨਾਂ ਨੇ ਅਡਿਕਟਡ ਕਰਤੀਆਂ, ਲੋਕਾਂ ਨੂੰ ਇਹੀ ਅਪੀਲ ਕਰਦੇ ਵੀ ਇਸ